ਗਾਂਧੀ ਸਾਹਿਬ ਦੇ ਕਾਗਜ਼ ਭਰਾਉਣ ਜਾ ਰਹੇ ਹਾਂ, ਸਮੁੱਚੀ ਲੀਡਰਸ਼ਿਪ ਸਾਡੇ ਨਾਲ ਜਾ ਰਹੀ ਹੈ। ਬਹੁਤ ਵੱਡਾ ਹੁੰਗਾਰਾ ਗਾਂਧੀ ਸਾਹਿਬ ਨੂੰ ਮਿਲਿਆ ਔਰ ਵੱਡੇ ਫਰਕ ਦੇ ਨਾਲ ਗਾਂਧੀ ਸਾਹਿਬ ਜਿੱਤ ਪ੍ਰਾਪਤ ਕਰਨਗੇ। ਉਮੀਦਵਾਰ ਜਿੰਨੇ ਮਰਜ਼ੀ ਹੋਣ, ਲੇਕਿਨ ਜੋ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ। ਸਭ ਤੋਂ ਵੱਡੇ ਮਾਰਜਨ ਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਧਰਮਵੀਰ ਗਾਂਧੀ ਜੀ ਜਿੱਤਣਗੇ। ਮਹਾਰਾਜਿਆਂ ਦਾ ਜ਼ਮਾਨਾ ਨਹੀਂ ਰਿਹਾ, ਹੁਣ ਆਮ ਲੋਕਾਂ ਦਾ ਜ਼ਮਾਨਾ। ਜਦੋਂ ਹੜ ਸੀਗੇ ਉਦੋਂ ਡਾਕਟਰ ਧਰਮਵੀਰ ਗਾਂਧੀ ਕਿੱਥੇ ਸੀ ਤਾਂ ਮੌਜੂਦਾ ਜਦੋਂ ਚੋਣ ਆ ਗਈ ਤਾਂ ਕਹਿੰਦੇ ਉਹ ਚੋਣ ਮੈਦਾਨ 'ਚ ਹੁੰਦੇ ਸੀ। ਮੈਂ ਜਦੋਂ ਹੜ ਆਏ, ਹੜਾਂ ਦੌਰਾਨ ਮੈਂ ਅਰਬਨ ਸਟੇਟ 'ਚ ਕੰਮ ਕੀਤਾ ਹੈਗਾ। ਅਰਬਨ ਸਟੇਟ 'ਚ ਮੈਂ ਲੋਕਾਂ ਨੂੰ ਕੱਢਣ 'ਚ ਮਦਦ ਕੀਤੀ, ਪਿੰਡਾਂ 'ਚ ਟਰਾਲੀਆਂ ਬੁਲਾਈਆਂ। ਆਉਣ ਵਾਲੇ ਸਮੇਂ 'ਚ ਕਾਂਗਰਸ ਦੀ ਦਿਸ਼ਾ ਅਤੇ ਦਸ਼ਾ ਦੋਨੋਂ ਬਦਲ ਜਾ। ਕਿਸਾਨਾਂ ਦੀ ਕਰਜ਼ਾ ਮਾਫ਼ੀ ਅਤੇ MSP 'ਤੇ ਕਾਨੂੰਨੀ ਗਰੰਟੀ ਬਹੁਤ ਵੱਡੀ ਗੱਲ ਹੈਗੀ। 30 ਲੱਖ ਰੁਜ਼ਗਾਰ ਜਿਹੜਾ ਖਾਲੀ ਪੋਸਟਾਂ ਪਈਆਂ ਉਹ ਭਰਨੀਆਂ ਹੈਗੀਆਂ ਅਤੇ ਬਾਕੀ ਸੈਕਟਰਾਂ ਜਾਂ ਪ੍ਰਾਈਵੇਟ ਜਾਂ ਗੌਰਮੈਂਟ ਉਹ ਭਰਨੀਆਂ ਹੈਗੀਆਂ। ਔਰਤਾਂ ਵਾਸਤੇ 50% ਰਾਖਵਾਂਕਰਨ ਨੌਕਰੀਆਂ 'ਚ। ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ। ਨਾਮਜ਼ਦਗੀਆਂ ਪੱਤਰ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ। ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਧਰਮਵੀਰ ਗਾਂਧੀ ਵੱਲੋਂ ਜਿਹੜਾ ਅੱਜ ਹੈ ਉਹ ਆਪਣੇ ਜਿਹੜੇ ਪੱਤਰ ਨੇ ਉਹ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰੇ ਗਏ ਨੇ ਡਿਪਟੀ ਕਮਿਸ਼ਨ ਦਫ਼ਤਰ ਦੇ ਬਾਹਰ ਖੜ੍ਹੇ ਆ, ਜਿੱਥੇ ਕਿ ਰਾਜਾ ਵੜਿੰਗ ਜਿਹੜੇ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਉਹਨਾਂ ਦੇ ਨਾਲ ਸਾਬਕਾ MLA ਸਾਹਿਬਾਨ ਅਤੇ ਨਾਲ ਜਿਹੜੇ ਨੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਆਪਣੇ ਜਿਹੜੇ ਨੇ ਨਾਮਜ਼ਦਗੀ ਪੱਤਰ ਜਿਹੜੇ ਭਰਨ ਵਾਸਤੇ ਪਹੁੰਚੇ। ਅਤੇ ਰਾਜਾ ਵੜਿੰਗ ਨੇ ਵਿਸ਼ੇਸ਼ ਤੌਰ 'ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਵੀ ਮੀਡੀਆ ਦੇ ਨਾਲ ਕੀ ਗੱਲਬਾਤ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਰੋਡ ਸ਼ੋਅ ਦੀ। ਕਿਉਂਕਿ ਰੋਡ ਸ਼ੋਅ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਜਿਹੜਾ ਨਿੱਘਾ ਸਵਾਗਤ ਆ ਉਹ ਕੀਤਾ ਗਿਆ ਸੀ, ਫੁੱਲਾਂ ਦੀ ਵਰਖਾ ਜਿਹੜੀ ਹੈ ਲੋਕਾਂ ਵੱਲੋਂ ਕੀਤੀ ਗਈ ਸੀ, ਯਾਨੀ ਕਿ ਵਰਕਰਾਂ ਵੱਲੋਂ ਕੀਤੀ ਗਈ ਸੀ। ਤਾਂ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਜੋ ਬਿਆਨ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਵੜਿੰਗ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ, ਅੱਜ ਕਾਂਗਰਸ ਭਰਾਉਣ ਜਾ ਰਹੇ ਹਾਂ ਗਾਂਧੀ ਸਾਹਿਬ ਦੇ ਕਾਗਜ਼ ਭਰਾਉਣ ਜਾ ਰਹੇ ਹਾਂ। ਸਮੁੱਚੀ ਲੀਡਰਸ਼ਿਪ ਸਾਡੇ ਨਾਲ ਜਾ ਰਹੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਬਹੁਤ ਵੱਡਾ ਹੁੰਗਾਰਾ ਗਾਂਧੀ ਸਾਹਿਬ ਨੂੰ ਮਿਲਿਆ ਔਰ ਵੱਡੇ ਫਰਕ ਦੇ ਨਾਲ ਗਾਂਧੀ ਸਾਹਿਬ ਜਿੱਤ ਪ੍ਰਾਪਤ ਕਰਨਗੇ। ਕੀ ਲੱਗਦਾ ਜਿਸ ਤਰ੍ਹਾਂ ਗੱਲ ਕੀਤੀ ਜਾਵੇ, ਬੜੇ ਉਮੀਦਵਾਰ ਨੇ ਚੋਣਾਂ ਦੇ ਵਿੱਚ ਦਾਅਵੇ ਵਾਲੇ ਬੜੇ ਕੀਤੇ ਜਾ ਰਹੇ ਨੇ, ਆਮ ਆਦਮੀ ਪਾਰਟੀ ਆਪਣਾ ਦਾਅਵਾ ਕਰ ਰਹੀ ਹੈ, ਤੁਹਾਡੇ ਵੱਲੋਂ ਵੀ ਜਿਹੜਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ? ਉਮੀਦਵਾਰ ਜਿੰਨੇ ਮਰਜ਼ੀ ਹੋਣ, ਲੇਕਿਨ ਜੋ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ। ਸਭ ਤੋਂ ਵੱਡੇ ਮਾਰਜਨ ਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਧਰਮਵੀਰ ਗਾਂਧੀ ਜੀ ਜਿੱਤਣਗੇ, ਕਿਉਂਕਿ ਲੋਕ ਇੱਕ ਚੰਗੀ ਸੋਚ ਨੂੰ ਵੋਟ ਪਾਉਣਗੇ। ਔਰ ਹੁਣ ਮਹਾਰਾਜਿਆਂ ਦਾ ਜ਼ਮਾਨਾ ਨਹੀਂ ਰਿਹਾ, ਹੁਣ ਆਮ ਲੋਕਾਂ ਦਾ ਜ਼ਮਾਨਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਹੈ ਰਾਜਾ ਵੜਿੰਗ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਸਭ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ, ਰਾਜਾ ਵੜਿੰਗ ਦਾ ਜਿਹੜਾ ਸਵਾਗਤ ਆ ਉਹ ਕੀਤਾ ਜਾ ਰਿਹਾ, ਤਸਵੀਰ ਤੁਸੀਂ ਚੜ੍ਹਦੀ ਕਲਾ TV ਤੇ ਦੇਖ ਸਕਦੇ ਹੋ। ਸੋ ਤਸਵੀਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਖਨੌੜਾ ਸਾਹਿਬ ਅੱਜ ਜਾ ਰਹੇ ਹੋ, ਕਿੰਨਾ ਉਤਸ਼ਾਹ? ਦੇਖੋ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਆਪ ਆਏ ਨੇ, ਸਾਰੀ ਕਾਂਗਰਸ ਜਿਹੜੀ ਤਕੜੀ ਹੋ ਕੇ 1 ਜੂਨ ਨੂੰ ਇੱਕ ਬਹੁਤ ਜਿਹੜੀ ਬਹੁ ਰਾਜਾ ਵੜਿੰਗ ਜੀ ਦੇ ਆਉਣ ਨਾਲ ਕਾਂਗਰਸ ਨੂੰ ਬਹੁਤ ਵੱਡਾ ਹਲਾਰਾ ਮਿਲਿਆ। ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਆਪਣੇ ਨਾਮਜ਼ਦਗੀ ਸਾਹ ਕਾਗਜ਼ ਜਿਹੜੇ ਨੇ ਉਹ ਭਰਨ ਵਾਸਤੇ ਡਿਪਟੀ ਕਮਿਸ਼ਨ ਦਫ਼ਤਰ ਦੇ ਵਿਖੇ ਪੁੱਜੇ ਨੇ, ਉਹਨਾਂ ਦੇ ਨਾਲ ਰਾਜਾ ਵੜਿੰਗ ਵੀ ਜਿਹੜੇ ਮੌਜੂਦ ਨੇ। ਤਸਵੀਰ ਤੁਸੀਂ ਦੇਖ ਸਕਦੇ ਹੋ, ਭਾਰੀ ਜਿਹੜਾ ਇਕੱਠ ਆ ਉਹ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਨਾਅਰੇਬਾਜ਼ੀ ਜਿਹੜੀ ਹੈ ਲਗਾਤਾਰ ਹੋ ਰਹੀ ਹੈ। ਉਹਦੇ ਵਿੱਚ ਮੋਹਿਤ ਮਹਿੰਦਰਾ ਜੀ ਤੋਂ ਇਲਾਵਾ ਰਾਜਾ ਵੜਿੰਗ ਅਤੇ ਸਮੁੱਚੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ। ਸੋ ਤਸਵੀਰ ਤੁਸੀਂ ਦੇਖ ਸਕਦੇ ਹੋ, ਫੁੱਲਾਂ ਦੀ ਜਿਹੜੀ ਵਰਖਾ ਉਹ ਡਾਕਟਰ ਗਾਂਧੀ 'ਤੇ ਕੀਤੀ ਜਾ ਰਹੀ ਹੈ, ਮਹਿਲਾਵਾਂ ਵੀ ਜਿਹੜੀਆਂ ਨੇ ਉਹ ਮੌਜੂਦ ਨੇ, ਸੋ ਸਾਬਕਾ MLA ਸਾਹਿਬਾਨ ਵੀ ਜਿਹੜੇ ਨੇ ਉਹ ਲਗਾਤਾਰ ਜਿਹੜਾ ਸਾਹ ਦਿੰਦੇ ਨਜ਼ਰ ਆ ਰਹੇ ਨੇ। ਬੇਸ਼ੱਕ ਕਾਂਗਰਸ ਦੇ ਵਿੱਚ
ਗੱਲ ਕੀਤੀ ਜਾਵੇ ਤਾਂ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਲਗਾਤਾਰ ਪਾਰਟੀਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ, ਜਾਣ ਕਿ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ। ਸੋ ਅਸੀਂ ਗੱਲਬਾਤ ਵੀ ਕਰਾਂਗੇ। ਉਹ ਫਾਰਮ ਭਰਨ ਦੌਰਾਨ ਜੋ ਆਪਾਂ ਮਾਰਚ ਕੀਤਾ ਹੈਗਾ ਹੈ ਕਚਹਿਰੀਆਂ ਤੱਕ, 9 ਦੇ 9 ਹਲਕਾ ਇੰਚਾਰਜ ਸਾਡੇ ਸਾਬਕਾ MLA ਸਾਹਿਬ ਹਨ, ਸਾਡੇ ਪੰਜਾਬ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਜੀ, ਅਤੇ ਮਹਿਲਾ ਜਥੇਬੰਦੀਆਂ ਮਹਿਲਾ ਕਾਂਗਰਸ ਦੇ ਸਾਰੇ ਉਹਨਾਂ ਦੇ ਪ੍ਰਧਾਨ ਅਤੇ ਬਾਕੀ ਹੋਰ ਮਹਿਲਾ ਜਥੇਬੰਦੀ ਦੇ ਬਾਕੀ ਕਾਰਕੁਨ ਅਤੇ ਜ਼ਿਲ੍ਹਾ ਪ੍ਰਧਾਨ ਜਿਹੜਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਜੀ, ਦੁੱਗਲ ਸਾਹਿਬ, ਨਰਿੰਦਰ ਲਾਲੀ ਜੀ, ਅਤੇ ਇਹ ਸਭ ਨੇ ਰਲ ਮਿਲ ਕੇ ਔਰ ਬਾਕੀ ਹਲਕਿਆਂ ਤੋਂ ਸਾਰੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਇਸ ਅੱਜ ਦੇ ਨਾਮਾਂਕਣ ਪੱਤਰ ਦਾਖਲ ਕਰਨ ਦੀ ਜਿਹੜੀ ਇੱਕ ਪ੍ਰਕਿਰਿਆ ਸੀ ਇਹਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਹੈਗਾ। ਵਰਕਰਾਂ ਦਾ ਬਹੁਤ ਉਤਸ਼ਾਹ ਹੈਗਾ, ਵਰਕਰ ਕਾਲੇ ਨੇ ਪੰਜਾਬ ਅਤੇ ਹਿੰਦੁਸਤਾਨ ਦੋਵਾਂ ਥਾਵਾਂ 'ਤੇ ਕੇਂਦਰੀ ਸੱਤਾ ਨੂੰ ਅਤੇ ਪੰਜਾਬ ਦੀ ਸੱਤਾ ਨੂੰ ਉਲਟਾ ਕੇ ਜਿਹੜਾ ਕਾਂਗਰਸ ਦਾ ਰਾਜ ਹੈ, ਜਿਹੜੀ ਕਿ ਨਵੀਂ ਕਾਂਗਰਸ ਇੱਕ ਪੈਦਾ ਹੋ ਰਹੀ ਹੈ, ਜਿਹੜੀ ਨਵੀਂ ਕਾਂਗਰਸ ਦਾ ਜਨਮ ਹੋ ਰਿਹਾ, ਪੁਨਰ ਜਨਮ ਹੋ ਰਿਹਾ, ਉਸ ਨਵੀਂ ਕਾਂਗਰਸ ਦੀ ਅਗਵਾਈ ਹੇਠ ਨਵਾਂ ਹਿੰਦੁਸਤਾਨ ਬਣਾਉਣ ਵਾਸਤੇ, ਉਹ ਹਿੰਦੁਸਤਾਨ ਜਿਹੜਾ ਜਿਹਦਾ ਸੰਵਿਧਾਨ ਤਬਾਹ ਕੀਤਾ ਜਾ ਰਿਹਾ, ਜਿਹਦੀਆਂ ਸਾਰੀਆਂ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ, ਉਸ ਹਿੰਦੁਸਤਾਨ 'ਚੋਂ ਜਿਹੜੀ ਭਾਜਪਾ ਦੀ ਕੇਂਦਰੀ ਸਰਕਾਰ ਹੈ ਅਤੇ ਪੰਜਾਬ 'ਚੋਂ ਜਿਹੜੀ ਫਰਾਡੂ ਸਰਕਾਰ ਹੈ, ਇਸ਼ਤਿਹਾਰੀ ਸਰਕਾਰ ਹੈ, ਸਿਰਫ ਮਸ਼ਹੂਰੀਆਂ ਦੀ ਸਰਕਾਰ ਹੈਗੀ ਹੈ, ਜ਼ਮੀਨੀ ਪੱਧਰ 'ਤੇ ਕੁਛ ਨਹੀਂ ਕਰਦੀ, ਉਹਨੂੰ ਵੀ ਚੱਲਦਾ ਕਰਨ ਵਾਸਤੇ। ਡਾਕਟਰ ਸਾਹਿਬ, ਮਹਾਰਾਣੀ ਪ੍ਰਨੀਤ ਕੌਰ ਦੇ ਘਰ ਦੇ ਬਾਹਰ ਕਿਸਾਨ ਬੈਠੇ ਨੇ, ਕਹਿੰਦੇ ਕਿ ਪ੍ਰਨੀਤ ਕੌਰ ਦੇ ਖਿਲਾਫ਼ ਜਿਹੜਾ ਪਰਚਾ ਕੀਤਾ ਜਾਵੇ ਤਾਂ ਜਿਹੜਾ ਅਸੀਂ ਕੀ ਦੇਖਦੇ ਹੋ? ਦੇਖੋ, ਜਿਸ ਬੰਦੇ ਨੇ ਕੀਤਾ ਹੈਗਾ ਉਸਦੇ ਖਿਲਾਫ਼ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਅਤੇ ਜੇ ਧਾਰਾ ਲੱਗਦੀ ਹੈਗੀ ਤਾਂ ਜੇ ਉਸ ਵਾਸਤੇ ਸ਼੍ਰੀਮਤੀ ਪ੍ਰਨੀਤ ਕੌਰ ਦਾ ਵੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਤਾਂ ਜ਼ਰੂਰ ਗ੍ਰਿਫਤਾਰ ਕਰ ਜਾਵੇ। ਕਾਨੂੰਨ ਸਾਹਮਣੇ ਕਸੂਰ, ਕਾਨੂੰਨ ਸਾਹਮਣੇ ਸਭ ਬਰਾਬਰ ਹੁੰਦਾ, ਕੋਈ ਰਾਜਾ ਹੋਵੇ ਚਾਹੇ ਰੰਗ ਹੋਵੇ। ਪ੍ਰਨੀਤ ਕੌਰ ਨੇ ਇੱਕ ਦੋਸ਼ ਲਗਾਇਆ ਕਿ ਜਦੋਂ ਹੜ੍ਹ ਸੀਗੇ ਉਦੋਂ ਡਾਕਟਰ ਧਰਮਵੀਰ ਗਾਂਧੀ ਕਿੱਥੇ ਸੀ, ਤਾਂ ਮੌਜੂਦਾ ਜਦੋਂ ਚੋਣ ਆ ਗਈ ਤਾਂ ਕਹਿੰਦੇ ਉਹ ਚੋਣ ਮੈਦਾਨ 'ਚ ਹੁੰਦੇ ਸੀ। ਮੈਂ ਜਦੋਂ ਕਿਸਾਨ ਅੰਦੋਲਨ ਸੀਗਾ, 5 ਵਾਰ 5-5 ਦਿਨ ਮੈਂ ਖਨੌਰੀ ਬਾਰਡਰ, ਟਿੱਕਰੀ ਬਾਰਡਰ, ਗਾਜੀ ਅਤੇ ਆਪਣਾ ਤੀਜਾ ਸਿੰਘੂ ਬਾਰਡਰ 'ਤੇ ਮੈਂ ਸਾਰੇ ਲਗਾ ਕੇ ਆਇਆ ਹੈਗਾ। ਜਦੋਂ ਹੜ੍ਹ ਆਏ, ਹੜ੍ਹਾਂ ਦੌਰਾਨ ਮੈਂ ਅਰਬਨ ਸਟੇਟ 'ਚ ਕੰਮ ਕੀਤਾ ਹੈਗਾ, ਅਰਬਨ ਸਟੇਟ 'ਚ ਮੈਂ ਲੋਕਾਂ ਨੂੰ ਕੱਢਣ 'ਚ ਮਦਦ ਕੀਤੀ, ਪਿੰਡਾਂ 'ਚ ਟਰਾਲੀਆਂ ਬੁਲਾਈਆਂ, ਮੇਰੇ ਕੋਲ ਫੋਟੋਆਂ ਪਈਆਂ। ਤੁਹਾਡੀ ਕੋਈ ਜੋ ਸਿੱਧੂ ਨਾਲ ਗੱਲਬਾਤ ਹੋਈ ਹੈ? ਕਿਉਂਕਿ ਬੇਸ਼ੱਕ ਉਹਨਾਂ ਦੇ ਪਰਿਵਾਰ 'ਚ ਦਿੱਕਤ ਚੱਲ ਰਹੀ ਹੈ। ਦੇਖੋ, ਮੈਂ ਨਾ ਬਿਮਾਰ ਹੈ, ਪ੍ਰਚਾਰ ਕਰਨ ਵਾਸਤੇ ਹਾਲ ਚਾਲ ਮੈਂ ਪੁੱਛ ਲੈਂਦਾ, ਜੋ ਬੰਦੇ ਦੀ ਘਰ ਵਿੱਚ ਜੋ ਮੈਡਮ ਦੀ ਹਾਲਤ ਹੈਗੀ ਹੈ ਅਤੇ ਜਿੰਨੀ ਮਤਲਬ ਉਹਨਾਂ ਦੀ ਮਨ 'ਤੇ ਬੋਝ ਹੈਗਾ, ਅਜਿਹੀਆਂ ਹਾਲਤਾਂ ਆਪਣੇ ਵਾਸਤੇ ਪ੍ਰਚਾਰ ਦੀ ਗੱਲ ਕਰਨੀ ਮੈਨੂੰ ਚੰਗੀ ਨਹੀਂ ਲੱਗੀ। ਗੱਲਬਾਤ ਵੈਸੇ ਹੋਈ ਹੈ? ਹਾਂ, ਗੱਲਬਾਤ ਮੇਰੀ 2-3 ਵਾਰ ਹੋ ਚੁੱਕੀ, ਬਹੁਤ ਵਧੀਆ। ਉਹ ਕਹਿੰਦੇ ਜਦੋਂ ਕਹਿੰਦੇ ਤੂੰ ਕੋਈ ਆ ਜਾਏਗਾ, ਕਿਉਂਕਿ ਉਹਨਾਂ ਨੇ ਮੈਂ ਉਹਨਾਂ ਨੇ ਕਾਂਗਰਸ 100 ਸਾਲ ਪੁਰਾਣੀ ਪਾਰਟੀ ਹੈਗੀ ਹੈ, ਇੰਨੀ ਪੁਰਾਣੀ ਪਾਰਟੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਲੋੜ ਹੁੰਦੀ ਹੈਗੀ, ਢਾਂਚਾ ਬਦਲਣ ਦੀ ਲੋੜ ਹੁੰਦੀ ਹੈਗੀ ਹੈ, ਨੀਤੀਆਂ ਬਦਲਣ ਦੀ ਲੋੜ ਹੁੰਦੀ ਹੈਗੀ ਹੈ। ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ 1 ਅਤੇ ਭਾਰਤ ਜੋੜੋ ਯਾਤਰਾ 2 ਜਿਹੜੇ ਵਿਚਾਰ ਉੱਭਰ ਕੇ ਸਾਹਮਣੇ ਆਏ ਹੈ, ਜੋ ਮੁਲਕ ਦੀ ਦਸ਼ਾ ਅਤੇ ਦਿਸ਼ਾ ਦਿਖੀ ਹੈਗੀ ਹੈ, ਉਹਦੇ ਵਿੱਚੋਂ ਜੋ 5 ਨਿਆਂ ਅਤੇ 25 ਗਰੰਟੀਆਂ ਨਿਕਲੀਆਂ ਹੈਗੀਆਂ, ਤੁਸੀਂ ਉਹ ਪੜ੍ਹ ਲਓਗੇ ਤੁਹਾਨੂੰ ਸਾਫ਼ ਹੋ ਜਾਊਗਾ ਕਿ ਇੱਕ ਆਉਣ ਵਾਲੇ ਸਮੇਂ 'ਚ ਕਾਂਗਰਸ ਦੀ ਦਿਸ਼ਾ ਅਤੇ ਦਸ਼ਾ ਦੋਨੋਂ ਬਦਲਣ ਜਾਣਗੀਆਂ। ਸਭ ਦੂਰੀਆਂ 9 ਦੇ 9 ਹਲਕਾ ਇੰਚਾਰਜ ਸਾਡੇ ਨਾਲ ਸੀਗੇ, ਮਨੋ ਵੀ ਤੁਹਾਨੂੰ ਵੀ ਹਰ ਤਰ੍ਹਾਂ। ਡਾਕਟਰ ਸਾਹਿਬ, ਇੱਕ ਪਾਸੇ ਪ੍ਰਧਾਨ ਮੰਤਰੀ ਗਰੰਟੀਆਂ ਵੰਡ ਰਹੇ ਨੇ, ਤਾਂ ਕਾਂਗਰਸ ਪਾਰਟੀ ਅਜਿਹਾ ਕੀ ਵਾਅਦਾ ਕਰੇਗੀ ਲੋਕਾਂ ਨਾਲ ਜਾਂ ਕਰ ਰਹੀ ਹੈ ਕਿ ਲੋਕ ਜਿਹੜੇ ਆ ਉਹਨਾਂ ਦੇ ਪੱਖ ਵਿੱਚ ਭੁਗਤਣ? ਦੇਖੋ, ਕੀ ਗਰੰਟੀ ਕੋਈ ਆਸ ਹੈ? 5 ਨਿਆਂ ਹੈਗਾ, ਕਿਸਾਨ ਨਿਆਂ 'ਚ ਕਿਸਾਨਾਂ ਦੀ ਕਰਜ਼ਾ ਮਾਫ਼ੀ ਅਤੇ MSP ਅਤੇ ਕਾਨੂੰਨੀ ਗਰੰਟੀ, ਬਹੁਤ ਵੱਡੀ ਗੱਲ ਹੈਗੀ ਹੈ। ਯੁਵਾ ਨਿਆਂ 'ਚ ਰੁਜ਼ਗਾਰ,
30 ਲੱਖ ਰੁਜ਼ਗਾਰ ਜਿਹੜਾ ਖਾਲੀ ਪੋਸਟਾਂ ਪਈਆਂ ਉਹ ਭਰਨੀਆਂ ਹੈਗੀਆਂ ਅਤੇ ਬਾਕੀ ਸੈਕਟਰਾਂ ਜਾਂ ਪ੍ਰਾਈਵੇਟ ਜਾਂ ਗੌਰਮੈਂਟ ਉਹ ਭਰਨੀਆਂ ਹੈਗੀਆਂ। ਔਰਤਾਂ ਵਾਸਤੇ 50% ਰਾਖਵਾਂਗਾ ਨੌਕਰੀਆਂ 'ਚ, ਅਤੇ ਬਾਅਦ ਵਿੱਚ ਜੋ ਔਰ ਬਿੱਲ ਵਿਮੈਨ ਬਿੱਲ ਬਣ ਜਾਂਦਾ ਹੈਗਾ ਉਸ ਤੋਂ ਬਾਅਦ ਤਾਂ ਸਿਆਸਤ ਵਿੱਚ ਵੀ ਹਰ ਪੱਧਰ 'ਤੇ ਰਾਖਵਾਂਕਰਨ ਹੋਊਗਾ ਹੈਗਾ। ਅਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਆਪਣੇ ਅੱਜ ਨਾਮਜ਼ਦਗੀ ਕਾਗਜ਼ ਜਿਹੜੇ ਨੇ ਭਰਨ ਵਾਸਤੇ ਜਾ ਰਹੇ ਨੇ, ਜਿਹਦੇ ਵਿੱਚ ਰਾਜਾ ਵੜਿੰਗ ਜਿਹੜੇ ਖਾਸ ਤੌਰ 'ਤੇ ਪਹੁੰਚੇ ਨੇ। ਸੋ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਜਿਹੜੇ ਪਟਿਆਲਾ ਦੀ ਕਰੀਮ ਨੇ ਨਿੱਪੀ ਜੀ, ਜੋ ਕਿ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ। ਸੋ ਗੱਲਬਾਤ ਕਰਦੇ ਹਾਂ, ਕਿੱਦਾਂ ਲੱਗ ਰਿਹਾ ਉਤਸ਼ਾਹ, ਕਿੱਦਾਂ ਦਾ ਫੁੱਲਾਂ ਦੀ ਵਰਖਾ ਵੀ ਹੋ ਰਹੀ ਆ? ਤਾਂ ਡਾਕਟਰ ਗਾਂਧੀ ਦੇ ਲੋਕ ਸਭਾ ਦੇ ਕੈਂਡੀਡੇਟ ਬਣਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਇੱਕ ਡਿਫਰੈਂਟ ਜੀ ਉਮੰਗ ਜਾ ਗਈ ਹੈ ਔਰ ਬਹੁਤ ਉਤਸ਼ਾਹ ਹੈ ਲੋਕ ਘਰਾਂ 'ਚੋਂ ਆਪ ਨਿਕਲ ਕੇ ਆਪ ਮੁਹਾਰੇ ਨਾਲ ਜੁੜ ਰਹੇ ਨੇ। ਤੁਹਾਨੂੰ ਦੇਖ ਹੀ ਰਹੇ ਹੋ, ਲੋਕ 9:30 ਤੋਂ ਲੈ ਕੇ ਰਸਤੇ ਦੇ ਵਿੱਚ ਉਹਨਾਂ ਦਾ ਸਵਾਗਤ ਲਈ ਨਾਲ ਖੜ੍ਹੇ ਨੇ। ਔਰ ਆਉਣ ਵਾਲਾ ਸਮਾਂ ਡਾਕਟਰ ਗਾਂਧੀ ਦਾ ਬਹੁਤ ਵਧੀਆ ਸਮਾਂ ਹੋਏਗਾ ਔਰ ਭਾਰੀ ਬਹੁਮਤ ਦੇ ਨਾਲ ਉਹ ਜਿੱਤ ਪ੍ਰਾਪਤ ਕਰਨਗੇ ਕਾਂਗਰਸ ਪਾਰਟੀ ਤੋਂ।